ਕਿ ਜਿਨ੍ਹਾਂ ਨੇ ਵੇਖੀ ਆ ਉਹ ਦੁਬਾਰਾ ਕਿਉਂ ਜਾਣ, ਇਸ ਕਰਕੇ ਥੋੜ੍ਹੀ ਫਰੈਸ਼ਨੈਸ ਅਸੀਂ ਰੱਖੀ, ਚੇਂਜ ਕੀਤੀ, ਥੋੜ੍ਹੇ ਕੁਝ ਸੀਨਸ ਐਡ ਕੀਤੇ ਕੁਛ, ਹੈ ਨਾ। ਮੈਨੂੰ ਹੈਰਾਨੀ ਹੁੰਦੀ ਸੀ ਕਿ ਯਾਰ ਇੰਨਾ ਪਿਆਰ ਕੋਈ ਬੰਦਾ ਕਿਵੇਂ ਕਰ ਸਕਦਾ। ਰੀਮ ਟੀਮ ਰਿਦਮ ਵੋਇਸ ਦੀ ਹੀ ਮਿਹਨਤ ਹੈ ਜੀ, ਜਿਨ੍ਹਾਂ ਨੇ ਇਹ ਸਟੈਪ ਚੁੱਕਿਆ। ਸੋ ਇਹ ਸਟੈਪ ਰਿਦਮ ਵੋਇਸ ਨੇ ਚੁੱਕਿਆ, ਬਹੁਤ ਵੱਡੀ ਗੱਲ ਆ। ਹੁਣ ਅੱਗੇ ਰਸਤੇ ਖੁੱਲ੍ਹ ਗਏ ਆ, ਹੁਣ ਐਮੀ ਭਾਅ ਜੀ ਨੇ ਵੀ ਫਿਲਮ ਕੀਤੀ ਆ, ਸਾਰਿਆਂ ਨੇ ਫਿਲਮ ਕੀਤੀ ਆ, ਹੁਣ ਕਰ ਵੀ ਰਹੇ ਹਾਂ, ਅੱਗੇ ਉਹ ਫਿਲਮ ਵੀ ਕਰ ਰਹੇ ਹਾਂ। ਕਿਤੇ ਨਾ ਕਿਤੇ ਪ੍ਰਿਪੇਅਰ ਰੱਖਿਆ ਹੋਇਆ ਸੀਗਾ ਕਿ ਹੋ ਸਕਦਾ ਇੰਡੀਆ ਫਿਲਮ ਨਾ ਰਿਲੀਜ਼ ਹੋਵੇ। ਲਓ ਜੀ, ਹੁਣ ਜਿਹੜਾ ਮੇਨ ਹੁੰਦਾ ਪੂਰੀ ਫਿਲਮ ਦਾ, ਜਿਹਦੇ ਹੱਥ 'ਚ ਸਾਰੀ ਕਮਾਨ ਹੁੰਦੀ ਹੈ, ਮੇਰੇ ਨਾਲ ਨੇ ਡਾਇਰੈਕਟਰ ਜਨਜੋਤ। ਕਿਵੇਂ ਹੋ ਭਾਅ ਜੀ? ਸਤਿ ਸ਼੍ਰੀ ਅਕਾਲ ਜੀ। ਪਰਵਾਸੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਛਾ ਭਾਅ ਜੀ, ਕਿਵੇਂ ਲੱਗੀ ਮੂਵੀ ਆਪ ਨੂੰ ਦੁਬਾਰਾ, ਅਤੇ ਆਪ ਨੂੰ ਦੇਖ ਕੇ ਕਿਵੇਂ ਦਾ ਫੀਲ ਹੁੰਦਾ? ਆਪਣਾ ਕੰਮ ਜੇ ਕਹਿੰਦੇ ਨਾ, ਆਪਣਾ ਬੱਚਾ ਵਧੀਆ ਕਰ ਜਾਵੇ ਤਾਂ ਖੁਸ਼ੀ ਹੁੰਦੀ। ਬਸ ਉਹੀ ਗੱਲ ਆ, ਆਪਣੇ ਬੱਚੇ ਵਾਲੀ ਗੱਲ ਹੈ ਜੀ, ਆਪਣਾ ਬੱਚਾ ਸਾਰਿਆਂ ਨੂੰ ਵਧੀਆ ਲੱਗਦਾ, ਹੈ ਨਾ। ਬਾਕੀ ਤੁਸੀਂ ਦੱਸੋ ਸਾਡਾ ਮੂਵੀ ਭਾਈ ਬਹੁਤ ਘੈਂਟ, ਸਾਰੇ ਪਾਰਟੀ ਬਹੁਤ ਸੋਹਣੇ ਆ ਰਿਹਾ, ਕਹਿਣ ਦੀ ਲੋੜ ਹੀ ਨਹੀਂ ਪੈਂਦੀ ਆਡੀਅੰਸ ਨੂੰ, ਆਡੀਅੰਸ ਆਪ ਹੀ ਆਉਂਦੀ ਹੈ। ਹਾਂਜੀ ਉਹੀ ਗੱਲ ਹੈ, ਜੇ ਪਹਿਲੀ ਫਿਲਮ ਨੂੰ ਪਿਆਰ ਦਿੱਤਾ ਅਸੀਂ ਮੇਕਰਸ ਨੇ, ਪ੍ਰੋਡਕਸ਼ਨ ਹਾਊਸ ਨੇ, ਰਿਦਮ ਵੋਇਸ ਨੇ, ਤਾਂ ਹੀ ਡਿਸੀਜਨ ਲਿਆ ਕਿ ਸੈਕਿੰਡ ਬਣਾਈਏ। ਸੈਕਿੰਡ ਨੂੰ ਤੁਸੀਂ ਪਿਆਰ ਦਿੱਤਾ, ਇਸੇ ਕਰਕੇ ਡਿਸੀਜਨ ਲਿਆ ਸੀ ਥਰਡ ਬਣਾਈਏ। ਸੋ ਉਮੀਦ ਹੈ ਜੀ ਥਰਡ ਨੂੰ ਵੀ ਪਿਆਰ ਦਿਓਗੇ, ਅਸੀਂ ਹੋਰ ਅਗਾਂਹ ਵਧੀਏ। ਅੱਛਾ ਭਾਅ ਜੀ, ਕਿੰਨਾ ਕੁ ਔਖਾ ਹੁੰਦਾ ਸਾਰੀ ਟੀਮ ਨੂੰ ਇਕੱਠੇ ਕਰਨਾ, ਕਿਉਂਕਿ ਤੁਹਾਡੇ 'ਤੇ ਸਾਰੀ ਜ਼ਿੰਮੇਵਾਰੀ ਹੁੰਦੀ ਹੈ? ਭਾਅ ਜੀ ਜ਼ਿੰਮੇਵਾਰੀ ਹਰ ਟੀਮ ਮੈਂਬਰ 'ਤੇ ਹੁੰਦੀ ਆ, ਸਿਰਫ ਮੇਰੇ ਠੀਕ ਹੈ। ਹਾਂ, ਡਾਇਰੈਕਟਰ ਅਤੇ ਪ੍ਰੋਡਿਊਸਰ ਅਤੇ ਰਾਈਟਰ 'ਤੇ ਜ਼ਿਆਦਾ ਜ਼ਿੰਮੇਵਾਰੀ ਹੁੰਦੀ ਆ, ਐਕਟਰ 'ਤੇ ਵੀ। ਬਾਕੀ ਜਿੰਨੇ ਵੀ ਕਾ ਜਾਂ ਕਰਿਊ ਨੇ, ਸਾਰਿਆਂ 'ਤੇ ਜ਼ਿੰਮੇਵਾਰੀ ਓਨੀ ਹੁੰਦੀ ਆ। ਸੋ ਹਰ ਡਿਪਾਰਟਮੈਂਟ ਦਾ ਆਪਣੀ ਜ਼ਿੰਮੇਵਾਰੀ ਆ, ਸੋ ਹਰ ਡਿਪਾਰਟਮੈਂਟ ਆਪਣੀ ਜ਼ਿੰਮੇਵਾਰੀ ਨਿਭਾਵੇ ਤਾਂ ਹੀ ਫਿਲਮ ਇੱਕ ਚੰਗਾ ਕੰਮ ਕਰਦੀ ਆ। ਬਾਕੀ ਜੇ ਮੈਂ ਗੱਲ ਕਰਾਂ, ਇੰਨੀ ਵੱਡੀ ਕਾਸਟ, ਜੇ ਕਿਸੇ ਫਿਲਮ ਦੇ ਵਿੱਚ ਨੋਰਮਲ ਕਾਸਟ ਵੀ ਹੋਵੇ ਤਾਂ ਵੀ ਜ਼ਿੰਮੇਵਾਰੀ ਓਨੀ ਹੁੰਦੀ ਆ। ਸੋ ਇਸ ਫਿਲਮ ਦੇ ਵਿੱਚ ਕਾਸਟ ਬਹੁਤ ਵੱਡੀ ਆ, ਸੋ ਜ਼ਿੰਮੇਵਾਰੀ ਦੁੱਗਣੀ ਆ। ਅੱਛਾ ਭਾਈ, ਕਿਵੇਂ ਸੋਚਿਆ ਕਿ ਥੋੜ੍ਹਾ ਬਹੁਤ ਚੇਂਜ ਕਰਕੇ ਮੂਵੀ ਲੈ ਕੇ ਆਈਏ, ਕਿਉਂਕਿ ਪਹਿਲਾਂ ਵੀ ਰਿਲੀਜ਼ ਹੋਈ ਸੀ, ਉਦੋਂ ਵੀ ਆਡੀਅੰਸ ਨੇ ਪਿਆਰ ਦਿੱਤਾ, ਜ਼ਿਆਦਾ ਲੰਬਾ ਸਮਾਂ ਉਹ ਰਿਲੀਜ਼ ਨਹੀਂ ਹੋ ਪਾਈ ਕਰੋਨਾ ਕਰਕੇ? ਹਾਂ, ਕਰੋਨਾ ਕਰਕੇ। ਇੱਕ ਇਹ ਸੀਗਾ ਕਿ ਜਿਨ੍ਹਾਂ ਨੇ ਫਿਲਮ ਵੇਖੀ ਆ ਉਹ ਦੁਬਾਰਾ ਕਿਉਂ ਜਾਣ, ਪਹਿਲਾ ਕੁਸ਼ਚਨ ਅਸੀਂ ਆਪਣੇ ਆਪ 'ਤੇ ਲਈਏ ਕਿ ਜੇ ਮੈਂ ਇੱਕ ਫਿਲਮ ਵੇਖੀ ਆ ਮੈਂ ਦੁਬਾਰਾ ਕਿਉਂ ਵੇਖਣ ਜਾਵਾਂ, ਹੈ ਨਾ। ਠੀਕ ਆ, ਫਿਲਮ ਚੰਗੀ ਆ, ਫਿਲਮ ਲੋਕਾਂ ਨੇ ਉਡੀਕ ਸੀਗੀ, ਜਿਨ੍ਹਾਂ ਨੇ ਵੇਖੀ ਆ ਉਹ ਦੁਬਾਰਾ ਮੈਸੇਜ ਕਰ ਰਹੇ ਸੀ, ਮਤਲਬ ਪਿਛਲੇ ਸਾਲ ਡੇਢ ਸਾਲ 'ਚ ਜਿੰਨੇ ਮੈਸੇਜ ਆਏ ਹੋਣੇ ਇਸ ਫਿਲਮ 'ਤੇ, ਮਤਲਬ ਮੈਂ ਜਿੰਨਾ ਹੋ ਸਕਿਆ ਮੈਂ ਰਿਪਲਾਈ ਕਰਦਾ ਸੀ, ਬਟ ਇੰਨੇ ਮੈਸੇਜ ਸੀ, ਮੈਂ ਕਈਆਂ ਦੇ ਰਿਪਲਾਈ ਨਹੀਂ ਕਰ ਸਕਿਆ, ਮੈਂ ਮਾਫੀ ਚਾਹੁੰਦਾ ਉਹਨਾਂ ਤੋਂ। ਪਰ ਉਹਨਾਂ ਵਾਸਤੇ ਇੱਕ ਸੀਗਾ ਕਿ ਜਿਨ੍ਹਾਂ ਨੇ ਵੇਖੀ ਆ ਉਹ ਦੁਬਾਰਾ ਕਿਉਂ ਜਾਣ, ਇਸ ਕਰਕੇ ਥੋੜ੍ਹੀ ਫਰੈਸ਼ਨੈਸ ਅਸੀਂ ਰੱਖੀ, ਚੇਂਜ ਕੀਤੀ, ਥੋੜ੍ਹੇ ਕੁਝ ਸੀਨਸ ਐਡ ਕੀਤੇ ਕੁਛ, ਹੈ ਨਾ। ਇੱਕ 3 ਦੀ ਕੰਟੀਨਿਊਸ਼ਨ ਵਾਸਤੇ ਕੁਛ ਸੀਨਸ ਐਡ ਕਰਨੇ ਸੀਗੇ, ਕੁਛ ਗਾਣੇ ਐਡ ਕੀਤੇ, ਹੈ ਨਾ। ਸੋ ਫਰੈਸ਼ਨੈਸ ਲਿਆਉਣ ਵਾਸਤੇ ਅਸੀਂ ਆ। ਅੱਛਾ, ਤੁਸੀਂ ਮੈਸੇਜਾਂ ਦੀ ਗੱਲ ਕੀਤੀ ਹੈ, ਬੈਸਟ ਕੰਪਲੀਮੈਂਟ ਕਿਹੜਾ ਲੱਗਿਆ? ਜੇ ਸਾਰੇ ਮੈਸੇਜਾਂ 'ਚ ਇੱਕ ਬੈਸਟ ਕੰਪਲੀਮੈਂਟ ਜਿਹੜਾ ਦਿਲ ਨੂੰ ਲੱਗਦਾ, ਵੈਸੇ ਸਾਰੇ ਹੀ ਲੱਗਦੇ, ਇੱਕ ਜੇ ਚੁਣਨਾ ਹੋਵੇ? ਇੱਦਾਂ ਚੇਤੇ ਨਹੀਂ, ਬਟ ਕਈ ਸੀਗੇ ਬਹੁਤ, ਜਿਹਨਾਂ ਨੂੰ ਮੈਂ ਪੜ੍ਹ ਪੜ੍ਹ ਕੇ ਹੱਸਦਾ ਸੀ ਕਿ ਯਾਰ ਹੱਸਦਾ ਨਹੀਂ, ਮਤਲਬ ਮੈਨੂੰ ਹੈਰਾਨੀ ਹੁੰਦੀ ਸੀ ਕਿ ਯਾਰ ਇੰਨਾ ਪਿਆਰ ਕੋਈ ਬੰਦਾ ਕਿਵੇਂ ਕਰ ਸਕਦਾ ਫਿਲਮ ਨੂੰ। ਮਤਲਬ ਇੱਦਾਂ ਦੇ ਮੈਸੇਜ ਵੀ ਆਏ ਕਿ ਮਤਲਬ ਲੋਕ ਕਹਿੰਦੇ ਕਿ ਯਾਰ ਭਾਅ ਜੀ ਲਗਾ ਦਿਓ ਬਸ, ਮਤਲਬ ਕਈ ਵਾਰੀ ਹੈਰਾਨੀ ਵੀ ਹੁੰਦੀ ਸੀ ਯਾਰ ਸੱਚੀ, ਮਤਲਬ ਇੰਨਾ ਪਿਆਰ ਕਰਦੇ ਹੋ ਤੁਸੀਂ, ਸੋ ਖੁਸ਼ੀ ਵੀ ਹੁੰਦੀ ਸੀ। ਅੱਛਾ ਭਾਅ ਜੀ, ਗੱਲ ਕਰੀਏ 3 ਦੀ, ਉਹ ਵੀ ਹੋ ਚੁੱਕੇ ਆ, ਉਹ ਬਣ ਚੁੱਕੇ ਆ, ਉਹ ਕਦੋਂ ਰਿਲੀਜ਼ ਹੋ ਰਹੀ ਹੈ? 1 ਅਕਤੂਬਰ ਨੂੰ ਤੁਸੀਂ ਦੇਖ ਚੁੱਕੇ ਹੋ ਸਿਨੇਮਾ 'ਚ, 1 ਅਕਤੂਬਰ ਨੂੰ ਰਿਲੀਜ਼ ਕਰ ਰਹੇ ਹਾਂ। ਅੱਛਾ ਭਾਅ ਜੀ, ਜੇ ਗੱਲ ਕਰੀਏ ਅਮਰਿੰਦਰ ਭਾਅ ਜੀ ਦੀ, ਉਹਨਾਂ ਦਾ ਕਿੰਨਾ ਸਪੋਰਟ ਹੁੰਦਾ, ਕਿਉਂਕਿ ਤੁਸੀਂ ਇੱਕ ਬਹੁਤ ਚੰਗਾ ਕੰਮ ਕਰ ਰਹੇ ਹੋ, ਇੰਡੀਆ ਪਾਕਿਸਤਾਨ ਲੈਂਦਾ ਪੰਜਾਬ, ਚੜ੍ਹਦਾ ਪੰਜਾਬ, ਦੋਨਾਂ ਨੂੰ ਇਕੱਠੇ ਕਰਨ ਦੇ, ਤੁਹਾਨੂੰ ਲੱਗਦਾ ਇੱਦਾਂ ਦੇ ਸਟੈਪ ਹੋਰ ਵੀ ਲੋਕਾਂ ਨੂੰ ਚੱਕਣੇ ਚਾਹੀਦੇ, ਹੋਰ ਵੀ ਇੱਦਾਂ ਦੀ ਫਿਲਮ ਆਉਣੀਆਂ ਚਾਹੀਦੀ? ਬਿਲਕੁਲ, ਇਹ ਅਮਰਿੰਦਰ ਭਾਅ ਜੀ ਦੇ ਰੀਮ ਟੀਮ ਰਿਦਮ ਵੋਇਸ ਦੀ ਹੀ ਮਿਹਨਤ ਹੈ ਜੀ, ਜਿਨ੍ਹਾਂ ਨੇ ਇਹ ਸਟੈਪ ਚੁੱਕਿਆ, ਹੈ ਨਾ। ਅਤੇ ਪਹਿਲੇ ਗੱਲਾਂ ਤਾਂ ਬਹੁਤ ਹੁੰਦੀਆਂ ਸੀ ਕਿ ਯਾਰ ਆਪਾਂ ਫਿਲਮ ਕਰ ਲਈਏ, ਉਹਨਾਂ ਨਾਲ ਫਿਲਮ ਕਰ ਲਈਏ, ਸਟੈਪ ਚੱਕਣਾ ਬਹੁਤ ਔਖਾ ਸੀ। ਸੋ ਇਹ ਸਟੈਪ ਰਿਦਮ ਵੋਇਸ ਨੇ ਚੱਕਿਆ, ਬਹੁਤ ਵੱਡੀ ਗੱਲ ਆ। ਹੁਣ ਅੱਗੇ ਰਸਤੇ ਖੁੱਲ੍ਹ ਗਏ ਆ, ਹੁਣ ਐਮੀ ਭਾਅ ਜੀ ਨੇ ਵੀ ਫਿਲਮ ਕੀਤੀ ਆ, ਸਾਰਿਆਂ ਨੇ ਫਿਲਮ ਕੀਤੀ ਆ, ਹੁਣ ਕਰ ਵੀ ਰਹੇ ਹਾਂ, ਅੱਗੇ ਉਹ ਫਿਲਮ ਵੀ ਕਰ ਰਹੇ ਹਾਂ। ਸੋ ਗੱਲ ਤਾਂ ਪਹਿਲੀ ਦੀ ਹੁੰਦੀ ਆ, ਪਹਿਲੀ ਹਿੰਮਤ ਕਿੰਨੇ ਮਾਰੀ ਆ। ਸੋ ਰਿਦਮ ਵੋਇਸ ਦੀ ਸਾਰਾ ਸਾਰਾ ਰਿਦਮ ਵੋਇਸ 'ਤੇ ਜਾਂਦਾ, ਸੋ ਉਹਨਾਂ ਨੇ ਸਟੈਪ ਚੱਕਿਆ। ਹਾਲਾਂਕਿ ਜਦੋਂ ਅਸੀਂ ਸ਼ੁਰੂ 'ਚ ਗੱਲ ਕਰਦੇ ਸੀਗੇ ਕਿ ਯਾਰ ਆਪਾਂ ਫਿਲਮ ਇੱਦਾਂ ਦੀ ਕਰਨੀ ਆ, ਸੋ ਆਪਾਂ ਸਾਰੇ ਬਹਿ ਕੇ ਇਹ ਵੀ ਗੱਲ ਕਰਦੇ ਸੀ ਯਾਰ ਹੋ ਸਕਦਾ ਇੰਡੀਆ ਰਿਲੀਜ਼ ਨਾ ਹੋਵੇ। ਸੋ ਅਸੀਂ ਸਾਰੇ ਕਿਤੇ ਨਾ ਕਿਤੇ ਪ੍ਰਿਪੇਅਰ ਸੀਗੇ ਕਿ ਹੋ ਸਕਦਾ ਸੈਂਸਰ ਬੋਰਡ ਪਾਸ ਨਾ ਕਰੇ, ਇਹ ਅਸੀਂ ਬਲੈਸਡ ਹਾਂ ਕਿ ਸੈਂਸਰ ਸਾਨੂੰ ਮਿਲਿਆ, ਹੈ ਨਾ, ਚੱਲ ਮੇਰੇ ਪੁੱਤ ਵੰਚ। ਸੋ ਅਸੀਂ ਕਿਤੇ ਨਾ ਕਿਤੇ ਪ੍ਰਿਪੇਅਰ ਰੱਖਿਆ ਹੋਇਆ ਸੀਗਾ ਕਿ ਹੋ ਸਕਦਾ ਇੰਡੀਆ ਫਿਲਮ ਨਾ ਰਿਲੀਜ਼ ਹੋਵੇ। ਸੋ ਗੱਲ ਮੈਂ ਤੁਹਾਨੂੰ ਰਿਦਮ ਵੋਇਸ ਦੀ, ਓਬਵੀਅਸ ਤੁਸੀਂ ਜਾਣਦੇ ਹੀ ਹੋ, ਰਿਦਮ ਵੋਇਸ ਵਾਸਤੇ ਪੈਸਾ ਜ਼ਿਆਦਾ ਮੈਟਰ ਨਹੀਂ ਕਰਦਾ, ਫਸਟ ਪ੍ਰੈਫਰੈਂਸ ਠੀਕ ਆ, ਪ੍ਰੋਡਿਊਸਰ ਨੂੰ ਪੈਸੇ ਦੀ ਜ਼ਰੂਰਤ ਹੁੰਦੀ ਆ ਹਰ ਬੰਦੇ ਨੂੰ, ਬਟ ਐਜ਼ ਅ ਮੇਕਰ ਉਹਨਾਂ ਵਾਸਤੇ ਪਹਿਲੇ ਇੱਜ਼ਤ ਆ, ਉਹਨਾਂ ਵਾਸਤੇ ਇਹ ਗੱਲ ਜ਼ਿਆਦਾ ਵੱਡੀ ਸੀ ਕਿ ਅਸੀਂ ਦੋਨੋਂ ਪੰਜਾਬ ਨੂੰ ਇਕੱਠੇ ਕਰਨਾ। ਬਿਲਕੁਲ, ਤੋ ਹਾਂ। ਅੱਛਾ ਭਾਈ, ਜੇ ਗੱਲ ਕਰੀਏ ਚੱਲ ਮੇਰਾ ਪੁੱਤ ਟਾਈਟਲ ਹੈ, ਤੁਹਾਡੀ ਲਾਈਫ ਦਾ ਚੱਲ ਮੇਰਾ ਪੁੱਤ 2, ਚੱਲ ਮੇਰਾ ਪੁੱਤ
ਇਹ ਤਾਂ ਹਰ ਮੂਮੈਂਟ 'ਤੇ ਵੀਰੇ ਜੇ ਤੁਸੀਂ ਯਾਦ ਕਰੋਗੇ ਕਈ ਗੱਲਾਂ ਤੁਹਾਨੂੰ ਬਾਅਦ 'ਚ ਯਾਦ ਆਉਂਦੀਆਂ ਨੇ ਕਿ ਯਾਰ ਆਹ ਗੱਲ ਉਹਨਾਂ ਨੇ ਕਹੀ ਸੀਗੀ ਉਹ ਗੱਲ ਪਿੱਛੇ ਗੱਲ ਮਤਲਬ ਕੋਈ ਹੋਰ ਸੀਗੀ ਅਤੇ ਹਰ ਕਿਤੇ ਨਾ ਕਿਤੇ ਰਹਿੰਦਾ ਹੀ ਆ ਚੱਲ ਮੇਰਾ ਪੁੱਤ ਹੱਲਾਸ਼ੇਰੀ ਤਾਂ ਤੁਸੀਂ ਜਿੰਨੇ ਮਰਜ਼ੀ ਵੱਡੇ ਹੋ ਜਾਓ ਤੁਸੀਂ ਮਰਜ਼ੀ ਜਿੰਨੇ ਤੁਹਾਡੀ ਏਜ ਤੁਸੀਂ ਹੋ ਜਾਓ ਜੇ ਤੁਸੀਂ ਮਾਪਿਆਂ ਦੀ ਹੱਲਾਸ਼ੇਰੀ ਹਮੇਸ਼ਾ ਰਹਿੰਦੀ ਆ ਚਾਹੇ ਛੋਟੇ ਬੱਚੇ ਤੋਂ ਲੈ ਕੇ ਜਦੋਂ ਤੱਕ ਤੁਸੀਂ ਮਾਪੇ ਨਾਲ ਰਹਿੰਦੇ ਨੇ ਹੱਲਾਸ਼ੇਰੀ ਹਮੇਸ਼ਾ ਤੁਹਾਡੇ ਨਾਲ ਰਹਿੰਦੀ ਆ। ਅੱਛਾ ਭਾਈ ਤੁਸੀਂ ਇੰਨੇ ਡਾਊਨ ਟੂ ਅਰਥ ਰਹਿੰਦੇ ਹੋ, ਹੁਣ ਇੱਕ ਬੰਦਾ ਮੇਰੇ ਕੋਲ ਖੜਾ ਸੀ ਉਹ ਕਹਿੰਦਾ ਇਹ ਡਾਇਰੈਕਟਰ ਹੈ ਜੰਜੋਤ, ਮੈਂ ਕਿਹਾ ਹਾਂਜੀ, ਕਹਿ ਰਹੇ ਇਹ ਤਾਂ ਸਾਡੇ ਵਰਗੇ ਹੀ ਲੱਗਦੇ ਆ। ਤੁਹਾਡੇ ਵਰਗੇ ਹੀ ਵੀਰੇ, ਮੈਂ ਕਿਹਾ ਸਾਰੇ ਆਪਣੇ ਵਰਗੇ ਹੈ ਨਾ, ਕਈ ਹੁੰਦਾ ਕਿ ਨਹੀਂ ਉਹ ਚਾਹੇ ਤੁਸੀਂ ਸਾਰਿਆਂ ਨਾਲ ਘੁਲਦੇ ਮਿਲਦੇ ਹੋ ਉਸੇ ਤਰੀਕੇ ਵੀਰੇ। ਇਹ ਤਾਂ ਮਤਲਬ ਇਹਦੇ ਵਿੱਚ ਮੈਂ ਇਹੀ ਗੱਲ ਕਹੂੰਗੀ, ਮੈਂ ਸ਼ੁਰੂ ਤੋਂ ਮੈਨੂੰ ਇਹੀ ਕਰਦਿਆਂ ਨੇ ਸ਼ਿਕਾਇਤ, ਮਤਲਬ ਇਹ ਕੋਈ ਉਹ ਗੱਲ ਨਹੀਂ ਹੈ ਕਿ ਮੈਂ ਮਤਲਬ ਇਹ ਕੋਈ ਉਹ ਗੱਲ ਨਹੀਂ ਕਿ ਮੈਂ ਡਾਊਨ ਟੂ ਅਰਥ ਹਾਂ ਯਾਰ, ਮੈਂ ਇੱਦਾਂ ਹੀ ਹਾਂ, ਹੈ ਨਾ। ਸੋ ਇਹ ਪੇਰੈਂਟਸ ਨੇ ਜੋ ਤੁਹਾਨੂੰ ਸਿਖਾਇਆ ਹੁੰਦਾ ਬੇਸਿਕਲੀ। ਹਾਂ ਥੈਂਕ ਯੂ ਸੋ ਮਚ ਭਾਈ, ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ। ਉਮੀਦ ਕਰਦੇ ਹਾਂ ਚੱਲ ਮੇਰਾ ਪੁੱਤ 3 ਵੀ ਬਹੁਤ ਸੋਹਣੀ ਹਿੱਟ ਹੋਵੇ, ਸੁਪਰ ਡੁਪਰ ਹਿੱਟ ਜਾਵੇ। ਥੈਂਕ ਯੂ ਜੀ, ਥੈਂਕ ਯੂ, ਇੱਦਾਂ ਇਸੇ ਤਰ੍ਹਾਂ ਪਿਆਰ ਅਤੇ ਸਤਿਕਾਰ ਦਿੰਦੇ ਰਹੋ ਜੀ। ਥੈਂਕ ਯੂ ਭਾਈ। ਚਲੋ ਜੀ, ਇਹ ਸੀਗੇ ਡਾਇਰੈਕਟਰ ਜੰਜੋਤ। ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦੇ ਸਾਰੇ ਇੰਟਰਵਿਊ ਬਹੁਤ ਪਸੰਦ ਆਏ ਹੋਣਗੇ, ਅਤੇ ਉਮੀਦ ਇਹ ਵੀ ਕਰਦੇ ਹਾਂ ਕਿ ਤੁਸੀਂ ਬਹੁਤ ਸਾਰਾ ਪਿਆਰ ਦਿਓਗੇ ਸਾਰੀ ਫਿਲਮਾਂ ਨੂੰ, ਕਿਉਂਕਿ ਲੋਕਡਾਊਨ ਤੋਂ ਬਾਅਦ ਦੁਬਾਰਾ ਰਫਤਾਰ ਫੜੀ ਆ ਸਿਨੇਮਾ ਨੇ। ਕਾਫੀ ਜਾਣੇ ਇਸ ਪਿੱਛੇ ਇਕੱਠੇ ਜੁੜੇ ਹੁੰਦੇ ਆ, ਇਸ ਦੇ ਲਈ ਹਰ ਇੱਕ ਮਿਹਨਤ ਕਰਦਾ, ਹਰ ਮੂਵੀ ਲਈ ਹਰ ਇੱਕ ਸਟਾਰ, ਜਿਹੜਾ ਉੱਥੇ ਸਟਾਰ ਕਾਸਟ ਹੁੰਦੀ ਆ ਜਾਂ ਇੱਕ ਉੱਥੇ ਬੋਏ ਹੁੰਦਾ, ਉਹ ਸਾਰਿਆਂ ਦੀ ਮਿਹਨਤ ਲੱਗਦੀ ਹੈ। ਤਾਂ ਵੱਧ ਤੋਂ ਵੱਧ ਸਾਰਿਆਂ ਸਪੋਰਟ ਕਰਿਆ ਕਰੋ, ਅਤੇ ਹੋਰ ਨਵੀਂ ਵੀਡੀਓਜ਼ ਦੇ ਲਈ ਦੇਖਦੇ ਰਹੋ ਪ੍ਰਵਾਸੀ ਟੀਵੀ।